ਸਪਲਾਈ ਅਫਸਰ ਭਾਰਤ ਭੂਸ਼ਣ ਆਸ਼ੂ ਨੂੰ ਅੱਜ ਕੋਰਟ ਵਿਚ ਪੇਸ਼ ਕੀਤਾ ਗਿਆ। ਕੁਝ ਸਮੇਂ ਪਹਿਲਾਂ ਕਰੋੜਾ ਦੇ ਘਪਲੇ ਕੇਸ ਵਿਚ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਇਸ ਮਾਮਲੇ ਵਿਚ ਕੱਲ ਉਹ ਈਡੀ ਦੇ ਸਾਹਮਣੇ ਪੇਸ਼ ਕੀਤੇ ਗਏ। ਕਈ ਲੰਬੇ ਸਮੇਂ ਤੱਕ ਪੁੱਛਗਿੱਛ ਕੀਤੀ ਗਈ, ਸਵਾਲ ਜਵਾਬ ਕੀਤੇ ਗਏ। ਅੱਜ ਈਡੀ ਵੱਲੋਂ ਉਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਈਡੀ ਵੱਲੋਂ ਰਿਮਾਂਡ ਹਾਸਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ, ਪਰ ਕਿੰਨੇ ਦਿਨ ਦਾ ਰਿਮਾਂਡ ਈਡੀ ਵੱਲੋਂ ਮੰਗਿਆ ਜਾਵੇਗਾ ਤੇ ਜੱਜ ਕਿੰਨੇ ਦਿਨ ਦਾ ਰਿਮਾਂਡ ਦੇਵੇਗੀ, ਇਹ ਸਭ ਕੁਝ ਇਨ੍ਹਾਂ ਦੇ ਬਾਹਰ ਆਉਣ ਤੇ ਹੀ ਪਤਾ ਲੱਗੇਗਾ। ਭਾਰਤ ਭੂਸ਼ਣ ਆਸੂ, ਜਿਸ ਨੇ ਆਪਣੇ ਅਹੁਦੇ ਦਾ ਫਾਇਦਾ ਚੁੱਕ ਕੇ ਕਰੋੜਾ ਦਾ ਘਪਲਾ ਕੀਤਾ, ਇਸ ਮਾਮਲੇ ਵਿਚ ਉਸਦੀ ਗ੍ਰਿਫਤਾਰੀ ਹੋਈ ਤੇ ਇਸ ਮਾਮਲੇ ਵਿਚ ਅੱਜ ਉਹ ਅਦਾਲਤ ਵਿਚ ਪੇਸ਼ ਹੋਏ। ਬਾਕੀ ਜੱਜ ਦਾ ਕੀ ਫੈਸਲਾ ਹੋਵੇਗਾ ਇਹ ਤਾਂ ਉਹਨਾਂ ਦੇ ਬਾਹਰ ਆਉਣ ਤੇ ਹੀ ਪਤਾ ਲੱਗੇਗਾ। ਜਿਹੜਾ ਮਾਮਲਾ ਵਿਜੀਲੈਂਸ ਨੇ ਪਹਿਲਾਂ ਰਜਿਸਟਰ ਕੀਤਾ ਸੀ, ਉਸ ਮਾਮਲੇ ਦੇ ਅੰਦਰ ਚਲਾਨ ਕੋਰਟ ਦੇ ਅੰਦਰ ਆਇਆ ਔਰ ਨਾ ਮਾਤਰ ਮਾਮਲਾ 2,000 ਕਰੋੜ ਦਾ ਬਣਾਇਆ ਤੇ ਨਿਕਲਿਆ ਵਿੱਚੋਂ 2 ਲੱਖ, ਉਹ ਵੀ ਠੇਕੇਦਾਰਾਂ ਦੇ ਕੋਲੋਂ ਜਿਹੜਾ ਉਹਨਾਂ ਦੇ ਸਿਰ ਪਾਇਆ ਗਿਆ ਔਰ ਇੱਕ ਵੀ ਪੈਸੇ ਦੀ ਟ੍ਰਾਂਜੈਕਸ਼ਨ ਜਿਹੜੀ ਹੈ ਉਹ ਵਿਜੀਲੈਂਸ ਸਾਬਤ ਨਹੀਂ ਕਰ ਸਕੀ। ਜੇ 4 ਕਰੋੜ ਫੜਿਆ ਤਾਂ ਹੁਣ ਕੋਰਟ ਚ ਦੇਣ ਵੇ, 5 ਕਰੋੜ ਰੁਪਇਆ ਲੈ ਕੇ ਕੇਸ ਆਫ ਪ੍ਰਾਪਰਟੀ ਹੈ ਤਾਂ ਫਿਰ ਉਹ ਕੋਰਟ ਦੇ ਵਿੱਚ ਦਿੱਤਾ ਜਾਣਾ ਚਾਹੀਦਾ। ਇਹ ਸਿਰਫ ਐਵੇਂ ਜਾਣ ਬੁੱਝ ਕੇ ਗੱਲ ਜਿਹੜੀ ਆ ਉਹਨੂੰ ਬਣਾਇਆ ਜਾ ਰਿਹਾ ਹੈ। ਇਹ ਬਿਲਕੁਲ ਜਿਹੜਾ ਉਸ ਮਾਮਲੇ ਦੇ ਲਈ ਕੋਰਟ ਨੇ ਸਟੇ ਕੀਤਾ ਹੋਇਆ ਵਿਜੀਲੈਂਸ ਦੇ ਮੈਟਰਸ ਦੇ ਉੱਤੇ, ਜਿਹੜਾ ਵੰਡੈਟਾ ਪੋਲਿਟਿਕਸ ਹੈ, ਇਹ ਦਬਾਅ ਦੀ ਰਾਜਨੀਤੀ ਹੈ ਦਬਾਉਣ ਦੇ ਲਈ ਕਿ ਕਿਉਂ ਸੈਂਟਰ ਕਿਉਂ ਨਹੀਂ, ਚਾਹੇ ਸੈਂਟਰ ਹੋਵੇ ਚਾਹੇ ਸਟੇਟ ਹੋਵੇ, ਭਗਵੰਤ ਮਾਨ ਬੀਜੇਪੀ ਦੇ ਨਾਲ ਰਲਿਆ ਹੋਇਆ। ਜਿਹੜਾ ਮਰਜ਼ੀ ਬਾਕੀ ਹੋਵੇ ਨਾ ਹੋਵੇ, ਇਹ ਸਮੇਂ ਦੇ ਹਾਲਾਤ ਹੈ, ਰਾਜਨੀਤੀਆਂ ਬਦਲਦੀਆਂ ਰਹਿੰਦੀਆਂ ਨੇ, ਪਰ ਜਿਹੜਾ ਅੱਜ ਦਾ ਮਾਮਲਾ ਆ ਈਡੀ ਦੇ ਨਾਲ, ਇਹ ਈਡੀ ਦਾ ਤਾਂ ਕੇਸ ਹੀ ਨਹੀਂ ਬਣਦਾ, ਇਹ ਤਾਂ ਜੇ ਬਣਾਉਣਾ ਤਾਂ ਇਨਕਮ ਟੈਕਸ ਦਾ ਕੇਸ ਬਣਾਉਣ। ਜੇ ਕੋਈ ਪੈਸੇ ਦੀ ਟ੍ਰਾਂਜੈਕਸ਼ਨ ਹੋਈ ਹੈ, ਕੋਈ ਬਰਾਮਦੀ ਨਹੀਂ ਹੋਈ, ਫਿਰ ਤਾਂ ਮਾਮਲਾ ਇਨਕਮ ਟੈਕਸ ਦਾ ਬਣਦਾ ਨਾ ਕਿ ਈਡੀ ਦਾ ਬਣਦਾ। ਮਨੀ ਲਾਂਡਰਿੰਗ ਦਾ ਮਾਮਲਾ ਕਿੱਥੋਂ ਆ ਗਿਆ? ਜ਼ਿਆਦਾਤਰ ਤਾਂ ਇਹਨੂੰ ਇਸ ਤੋਂ ਵੱਧ ਹੋਰ ਕੁਝ ਨਹੀਂ ਕਿਹਾ ਜਾ ਸਕਦਾ। ਮਾਮਲਾ ਈਡੀ ਦਾ ਬਿਲਕੁਲ ਵੀ ਨਹੀਂ ਬਣਦਾ। ਇਹੀ ਗੱਲ ਅਸੀਂ ਅੱਜ ਰਾਤ ਵੀ ਵਕੀਲ ਸਾਹਿਬਾਨ ਦੇ ਨਾਲ ਡਿਸਕਸ ਕੀਤੀ ਹੈ, ਅੱਜ ਵੀ ਕੀਤੀ ਹੈ। ਇਹ ਸਿਰਫ ਜਾਣ ਬੁੱਝ ਕੇ ਰਾਜਨੀਤੀ ਨੂੰ ਵਰਗਲਾਉਣ ਦੇ ਲਈ ਔਰ ਸਾਨੂੰ ਦਬਾਉਣ ਦੀ ਚਾਲ ਹੈ। ਇਸ ਤੋਂ ਵੱਧ ਜਿਹੜਾ ਵਿਅਕਤੀ ਜ਼ਿੰਦਗੀ ਦੇ ਅੰਦਰ ਅੱਗੇ ਵਧਣ ਦੀ ਹਿੰਮਤ ਰੱਖਦਾ, ਸਮੇਂ ਦੀਆਂ ਸਰਕਾਰਾਂ ਉਹਨਾਂ ਨੂੰ ਦਬਾਉਂਦੀਆਂ ਨੇ ਤਾਂ ਕਿ ਇਹ ਇੱਕ ਲੋਕ ਰਾਏ ਬਣਾ ਕੇ ਜਨ ਲੋਕ ਲਾਇਕ ਨਾ ਬਣਨ, ਇਹ ਹਮੇਸ਼ਾ ਸਰਕਾਰਾਂ ਕਰਦੀਆਂ ਨੇ। ਜਿਹਾ ਮੁਝੇ ਇਸ ਮਾਮਲੇ ਨੂੰ ਜਾਣ ਬੁੱਝ ਕੇ ਨਹੀਂ ਤਾਂ ਕਹਿ ਦਿੰਦੀਆਂ ਪਾਰਟੀਆਂ ਨੂੰ ਸਿਆਸੀ ਰੰਗਤ ਦਿੱਤਾ ਜਾ ਰਿਹਾ ਜੀ, ਬਹੁਤ ਕੁਛ ਹੋ ਰਿਹਾ ਜੀ। ਇਸ ਕਰਕੇ ਅਸੀਂ ਤਾਂ ਜਲੰਧਰ ਨਾਲ ਬਿਲੋਂਗ, ਅਸੀਂ ਤਾਂ ਪੰਜਾਬ ਸੱਦ ਸਕਦੇ ਸੀ ਸਾਰਾ। ਸਾਡੀ ਰਿਸਪੋਂਸੀਬਿਲਟੀ ਹੈ, ਕੇਂਦਰ ਦੀ ਲੀਡਰਸ਼ਿਪ ਦੇ ਨਾਲ ਰਾਤ ਵੀ ਗੱਲ ਹੋਈ ਹੈ, ਅੱਜ ਸਵੇਰੇ ਵੀ ਗੱਲ ਹੋਈ ਹੈ, ਸਾਡੀ ਜ਼ਿੰਮੇਵਾਰੀ ਫਿਕਸ ਹੋਈ ਹੈ, ਅਸੀਂ ਇਸ ਕਰਕੇ ਆਏ ਹਾਂ। ਜਦੋਂ ਦੂਸਰਿਆਂ ਦੀ ਜ਼ਿੰਮੇਵਾਰੀ ਲੱਗੇਗੀ ਜ਼ਿੰਮੇਵਾਰੀ ਲਾਵਾਂਗੇ। ਬਸ ਅੱਜ ਅਸੀਂ ਹੋ ਸਕਦਾ ਇਸ ਮਾਮਲੇ ਤੋਂ ਬਾਅਦ ਪੋਸੀਬਿਲਟੀ ਹੈ ਕਿ ਅਸੀਂ ਪ੍ਰੈਸ ਕਾਨਫਰੰਸ ਕਰ ਰਹੇ ਹਾਂ।